ਗੁਰਵਿੰਦਰ ਸਿੰਘ ਅਕਾ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਕਰਦਾ ਹਾਂ ਜੀ 2022 ਦੀਆਂ ਚੋਣਾਂ ਦੀ ਗੱਲ ਕਰ ਲੈਨੇ ਆ ਤੇ ਇਹਦੇ ਨਾਲ ਨਾਲ 2022 ਦੀਆਂ ਚੋਣਾਂ ਦੇ ਵਿੱਚ ਕਿਹਨਾ ਕਿਹਨਾ ਦੇ ਵਿੱਚ ਸਖਤ ਮੁਕਾਬਲਾ ਹੈ ਇਹਦੇ ਉੱਤੇ ਤਾਂ ਗੱਲਬਾਤ ਹੋਵੇਗੀ ਹੀ ਪਰ ਇੱਕ ਵਿਚਾਰ ਕਰਨੀ ਇੱਥੇ ਬਣਦੀ ਹੈ ਉਹਨਾਂ 2017 ਦੀਆਂ ਚੋਣਾਂ ਦੇ ਉੱਤੇ ਕੁਝ ਉਮੀਦਵਾਰ ਅਜੀਹੇ ਕੁਝ ਅਜੀਹੇ ਚਿਹਰੇ ਚਰਚਿਤ ਚਿਹਰੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਕਿ ਬਹੁਤ ਘੱਟ ਵੋਟਾਂ ਦੇ ਨਾਲ ਜਿੱਤੇ ਤੇ ਉਸ ਤੋਂ ਬਾਅਦ ਕਈ ਅਜੀਹੇ ਬਹੁਤ ਘੱਟ ਵੋਟਾਂ ਦੇ ਨਾਲ ਜਿੱਤ ਕੇ ਮંત્રી ਵੀ ਬਣੇ ਉਹਨਾਂ ਦੇ ਉੱਤੇ ਚਰਚਾ ਕਰਾਂਗੇ ਤੇ ਖਾਸ ਤੌਰ ਦੇ ਉੱਤੇ ਪੂਰੀ ਗੱਲ ਇੱਥੇ ਰੱਖਾਂਗੇ ਕਿ ਆਖਿਰਕਾਰ ਨੂੰ 2017 ਦੇ ਵਿੱਚ ਮੁਕਾਬਲਾ ਕਿੰਨਾ ਸਖ਼ਤ ਸੀ ਤੇ ਹੁਣ 2022 ਦੀਆਂ ਜੇਕਰ ਚੋਣਾਂ ਚੱਲ ਰਹੀਆਂ ਨੇ ਤਾਂ ਇਹਨਾਂ ਨੂੰ ਆਪਣੇ ਉੱਤੇ ਆਪਣੇ ਹਲਕੇ ਦੇ ਵਿੱਚ ਆਖਿਰਕਾਰ ਨੂੰ ਕਿੰਨਾ ਅੱਗੇ ਲੈ ਕੇ ਆਉਣ ਦੀ ਇੱਥੇ ਜ਼ਰੂਰਤ ਸੀ ਇੱਕ ਵੱਡਾ ਸਵਾਲ ਇਹਨਾਂ ਦੇ ਉੱਤੇ ਖੜਾ ਹੋ ਜਾਂਦਾ ਹੈ ਕਿ ਜੇਕਰ 2017 ਦੇ ਵਿੱਚ ਮੁਕਾਬਲਾ ਸਖ਼ਤ ਸੀ ਤੇ ਇਸ ਦੇ ਨਾਲ-ਨਾਲ ਬਹੁਤ ਘੱਟ ਵੋਟਾਂ ਭਾਵੇਂ ਇੱਥੇ ਜੇਕਰ ਮੈਂ ਕਹਿ ਲਵਾਂ ਕਿ 1000 ਤੋਂ ਵੀ ਘੱਟ ਵੋਟਾਂ ਦੇ ਨਾਲ ਇੱਥੇ ਵਿਧਾਇਕ ਬਣੇ ਤੋਂ ਇਲਾਵਾ ਅੱਜ ਗੱਲ ਕਰਾਂਗੇ 5000 ਤੋਂ ਘੱਟ ਵੋਟਾਂ ਦੇ ਨਾਲ ਜਿੱਤਣ ਵਾਲੇ ਕੁਝ ਚਰਚਿਤ ਚਿਹਰੇ ਜਿਹੜੇ ਕਿ ਉਹਨਾਂ ਚਿਹਰਿਆਂ ਤੋਂ ਬਹੁਤ ਘੱਟ ਵੋਟਾਂ ਦੇ ਨਾਲ ਇੱਥੇ ਜਿੱਤੇ ਜਿਹੜੇ ਕਿ ਕਦੇ ਸੋਚ ਵੀ ਨਹੀਂ ਸੀ ਸਕਦੇ ਕਿ ਹਾਂ ਸਾਡਾ ਮੁਕਾਬਲਾ ਤੇ ਉਹ ਵੀ 1000 ਵੋਟਾਂ ਤੋਂ ਵੀ ਘੱਟ ਅਸੀਂ ਜਿੱਤ ਪ੍ਰਾਪਤ ਇੱਥੇ ਕਰਾਂਗੇ ਗੱਲ ਕਰਦੇ ਹਾਂ ਉਹਨਾਂ ਚਰਚਿਤ ਚਿਹਰਿਆਂ ਦੀ ਫਾਜ਼ਿਲਕਾ ਤੋਂ ਸ਼ੁਰੂ ਕਰ ਦਿੰਨੇ ਆ ਫਾਜ਼ਿਲਕਾ ਅਤੇ ਇਹ ਤੋ ਦਵਿੰਦਰ ਸਿੰਘ ਕਬਾਇਆ ਸੁਰਜੀਤ ਕੁਮਾਰ ਜਿਆਣੀ ਤੋਂ 265 ਵੋਟਾਂ ਦੇ ਨਾਲ ਇੱਥੇ ਜਿੱਤੇ ਤੁਸੀਂ ਕੋਤਨ ਅੰਦਾਜ਼ਾ ਲਗਾ ਸਕਦੇ ਹੋ ਕਿ 2017 ਦੇ ਵਿੱਚ ਮੁਕਾਬਲਾ ਆਖਿਰਕਾਰ ਨੂੰ ਕਿੰਨਾ ਇੱਕ ਅਹਿਮ ਹੋ ਸਕਦਾ ਹੈ ਇਹਨਾਂ ਦੋਵੇਂ ਆਗੂਆਂ ਦੇ ਲਈ ਸਾਧ ਤੌਰ ਦੇ ਉੱਤੇ ਜੇਕਰ ਮੈਂ ਇੱਥੇ ਗੱਲ ਕਰ ਲਵਾਂ 265 ਵੋਟਾਂ ਦੇ ਨਾਲ ਜਿੱਤਣਾ ਕਿੰਨਾ ਇੱਕ ਇੱਥੇ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਮੁਕਾਬਲਾ ਸਖਤ ਸੀ ਤੇ ਇਹਦੇ ਨਾਲ ਨਾਲ ਸਿਰਫ 265 ਵੋਟਾਂ ਦੇ ਨਾਲ ਹਾਰਨ ਵਾਲੇ ਸੁਰਜੀਤ ਕੁਮਾਰ ਜਿਆਣੀ ਏ ਇੱਥੇ ਕਹਿ ਸਕਦੇ ਆ ਕਿ 2017 ਦੇ ਵਿਲੇ ਸਰਕਾਰ ਦਾ ਹਿੱਸਾ ਨਹੀਂ ਬਣੇ ਅੱਗੇ ਵਧਦੇ ਆ ਪਟਾਲਾ ਹਲਕੇ ਦੀ ਗੱਲ ਕਰਦੇ ਆ ਲਖਬੀਰ ਸਿੰਘ ਲੋਧੀ ਨੰਗਲ ਇਹ ਵੀ ਬਹੁਤ ਘੱਟ ਵੋਟਾਂ ਦੇ ਨਾਲ ਇੱਥੇ ਜਿੱਤੇ ਅਸ਼ਵਨੀ ਸ਼ੇਖੜੀ ਤੋਂ ਭਾਵੇਂ ਇੱਥੇ 485 ਵੋਟਾਂ ਦੇ ਫਰਕ ਦੇ ਨਾਲ ਇਹਨਾਂ ਦੇ ਵੱਲੋਂ ਜਿੱਤ ਇੱਥੇ ਪ੍ਰਾਪਤ ਕੀਤੀ ਗਈ ਡੇਰਾ ਬਾਬਾ ਨਾਨਕ ਦੀ ਗੱਲ ਕਰ ਲੈਂਦੇ ਆ ਡੇਰਾ ਬਾਬਾ ਨਾਨਕ ਤੋਂ ਇਸ ਵੇਲੇ ਕਾਂਗਰਸ ਪਾਰਟੀ ਤੋਂ ਸੁਖਜਿੰਦਰ ਸਿੰਘ ਰੰਦਾਵਾ ਜੋ ਕਿ ਕਾਂਗਰਸ ਦੇ ਵਿੱਚ ਹੀ ਅ ਡਿਪਟੀ ਮੁੱਖ ਮੰਤਰੀ ਨੇ ਪੰਜਾਬ ਦੇ ਤਿਸ ਤੋਂ ਤੱਕ ਕਿ ਬਹੁਤ ਹੀ ਘੱਟ ਵੋਟਾਂ ਦੇ ਫਰਕ ਦੇ ਨਾਲ ਹੀ ਜਿੱਤੇ ਸੀ ਤੇ ਉਸ ਤੋਂ ਬਾਅਦ ਵਿਧਾਇਕ ਬਣੇ ਤੇ ਮੰਤਰੀ ਵੀ ਬਣੇ ਤੇ ਇਸ ਵੇਲੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਨੇ ਸੰਗੀਤ ਤਰੀਕੇ ਨਾਲ ਜਾਣਦੇ ਹੋ ਤੁਸੀਂ ਕਿ ਕਿਸ ਤਰੀਕੇ ਦਾ ਕਾਟੋ ਕਲੇਸ਼ ਖਾਸ ਤੌਰ ਦੇ ਉੱਤੇ ਕਾਂਗਰਸ ਦੇ ਵਿੱਚ ਰਿਹਾ ਤੇ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਜਾਂਦਾ ਹੈ ਤੇ ਇਨ੍ਹਾਂ ਹੀ ਦੌਰ ਦੇ ਵਿੱਚ ਭਾਵੇਂ ਕਾਟੋ ਕਲੇਸ਼ ਦੇ ਦੌਰ ਦੇ ਵਿੱਚ ਡਿਪਟੀ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਸਾਹਮਣੇ ਆਉਂਦੇ ਨੇ ਸੁਖਜਿੰਦਰ ਸਿੰਘ ਰੰਦਾਵਾ ਤਨਵੀਤ ਦੱਸ ਦਿੰਨੇ ਆ ਕਿ ਚੰਚ ਸੋਜਿੰਦਰ ਸਿੰਘ ਰੰਦਾਵਾ ਸੋਤਾ ਸਿੰਘ ਲੰਗਾ ਤੋਂ ਭਾਫ ਕੇ 1194 ਵੋਟਾਂ ਦੇ ਫਰਕ ਦੇ ਨਾਲ ਇੱਥੇ ਜਿੱਤੇ ਸੀ ਤੇ ਵਿਧਾਇਕ ਬਣੇ ਤੇ ਇਸ ਵੇਲੇ ਡਿਪਟੀ ਮੁੱਖ ਮੰਤਰੀ ਦੇ ਅਹੁਦੇ ਦੇ ਉੱਤੇ ਨੇ ਇਸ ਤੋਂ ਅੱਗੇ ਗੱਲ ਕਰ ਲੈਨੇ ਆ ਹਲਕਾ ਫਤੇਗੜ ਚੂੜੀਆਂ ਦੀ ਇੱਥੋਂ ਵੀ ਇੱਕ ਚਰਚਿਤ ਚਿਹਰਾ ਹੈ ਜਿਹੜਾ ਬਹੁਤ ਘੱਟ ਵੋਟਾਂ ਦੇ ਨਾਲ ਅੱਗੇ ਆਇਆ ਭਾਫ ਕੇ ਮੈਦਾਨ ਦੇ ਵਿੱਚ ਪਹੁੰਚਿਆ ਤਿਰਪੱਤਰ ਰਜਿੰਦਰ ਸਿੰਘ ਬਾਜਵਾ ਕਿ ਕਿ ਨਰਮਲ ਸਿੰਘ ਕਾਲੋ ਤੋਂ ਸਿਰਫ ਤੇ ਸਿਰਫ 1999 ਵੋਟਾਂ ਭਾਵਕੇ 2000 ਦੇ ਕਰੀਬ ਹੈ ਤੇ ਤੁਸੀਂ ਕਹਿ ਸਕਦੇ ਹੋ ਕਿ ਫਰਕ ਦੇ ਨਾਲ ਇੱਥੇ ਜਿੱਤ ਪ੍ਰਾਪਤ ਇਹਨਾਂ ਦੇ ਵੱਲੋਂ ਕੀਤੀ ਗਈ ਸੀ ਇਸ ਤੋਂ ਇਲਾਵਾ ਇੱਕ ਚਰਚੀ ਤੇਰਾ ਦਪਿੰਦਰ ਸਿੰਘ ਢਿੱਲੋਂ ਭਾਵਕੇ ਬੇਸ਼ੱਕ ਇੱਥੇ ਇਹਨਾਂ ਨੂੰ ਹਾਰ ਦਾ ਮੂੰਹ ਇੱਥੇ ਦੇਖਣਾ ਪਿਆ ਪਰ ਕਾਂਗਰਸ ਦੇ ਵਿੱਚ ਆਪਣੀ ਚੰਗੀ ਪકડ ਰੱਖਦੇ ਨੇ ਹਾਲਾਂਕਿ ਚਰਵਾਤੀ ਦੌਰ ਦੇ ਵਿੱਚੋਂ ਇਹ ਆਕਾਲੀ ਦਲ ਦੇ ਨਾਲ ਸੀ ਪਰ ਅਕਾਲੀ ਰਾਤ ਤੋਂ ਬਾਅਦ ਇਹ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਤੇ ਉਸ ਤੋਂ ਬਾਅਦ ਡੇਰਾ ਬਸੀ ਦੇ ਵਿੱਚ ਲਗਾਤਾਰ ਇੱਕ ਚੰਗੀ ਪਕੜ ਇਹਨਾਂ ਦੇ ਵੱਲੋਂ ਬਣਾ ਕੇ ਰੱਖੀ ਗਈ ਹੈ ਹਾਲਾਂਕਿ ਜੇਕਰ 2022 ਦੀ ਗੱਲ ਕਰ ਲਵਾਂ ਤਾਂ ਹੁਣ ਵੀ ਡੇਰਾ ਬਸੀ ਤੋਂ ਇਹਨਾਂ ਨੂੰ ਟਿਕਟ ਹੈ ਜਿਹੜੀ ਉਹ ਕਾਂਗਰਸ ਦੇ ਵੱਲੋਂ ਇੱਥੇ ਦਿੱਤੀ ਗਈ ਹੈ ਤੇ ਉਸ ਵੇਲੇ 2017 ਦੇ ਵਿੱਚ ਰਿੰਦਰ ਕੁਮਾਰ ਸ਼ਰਮਾ ਸਿਰਫ 1921 ਵੋਟਾਂ ਦੇ ਫਰਕ ਦੇ ਨਾਲ ਅ ਤੇਪਿੰਦਰ ਸਿੰਘ ਢਿੱਲੋਂ ਤੋਂ ਜਿੱਤ ਸਕੇ ਸੀ ਸਖਤ ਮੁਕਾਬਲਾ ਕਿਸ ਤਰੀਕੇ ਦਾ ਇੱਥੇ ਰਿਹਾ ਤੁਸੀਂ ਉਹ ਵੀ ਇੱਕ ਚੰਗੇ ਤਰੀਕੇ ਨਾਲ ਜਾਣਦੇ ਹੋ ਤੇਪਿੰਦਰ ਸਿੰਘ ਢਿੱਲੋਂ ਦੀ ਇੱਕ ਗੱਲ ਕਰ ਲਈਏ ਕਿਸੇ ਸਮੇਂ ਦੇ ਉੱਤੇ ਪਟਿਆਲਾ ਦੀ ਮਹਾਰਾਣੀ ਭਾਵਕੇ ਪ੍ਰਨੀਤ ਕੌਰ ਦੇ ਮੁਕਾਬਲੇ ਦੇ ਵਿੱਚ ਵੀ ਇਹ ਚੋਣ ਮੈਦਾਨ ਦੇ ਵਿੱਚ ਉਤਰੇ ਸੀ ਇੱਕ ਹਾਰ ਇਹਨਾਂ ਨੂੰ ਇੱਥੇ ਦੇਖਣ ਨੂੰ ਮਿਲੀ ਸੀ ਤੇ ਉਸ ਮੁਕਾਬਲੇ ਦੇ ਵਿੱਚ ਮੈਂਬਰ ਪਾਰਲੀਮੈਂਟ ਬਣ ਕੇ ਸਾਹਮਣੇ ਆਏ ਸੀ ਡਾਕਟਰ ਧਰਮਵੀਰ ਗਾਂਧੀ ਅਜੋਕੇ ਬੇਸ਼ੱਕ ਥੋੜਾ ਜਿਹਾ ਸਮਾਂ ਆਮ ਆਦੀ ਪਾਰਟੀ ਦੀ ਸਰਕਾਰ ਦੇ ਵਿੱਚ ਇੱਥੇ ਰਹੇ ਅਸਤੀਫਾ ਉਹਨਾਂ ਦੇ ਵੱਲੋਂ ਦੇ ਦਿੱਤਾ ਗਿਆ ਇਲਜ਼ਾਮ ਧਰਮਵੀਰ ਗਾਂਧੀ ਦੇ ਵੱਲੋਂ ਹੁਣ ਵੀ ਲਗਾਤਾਰ ਇੱਥੇ ਆਮ ਆਦੀ ਪਾਰਟੀ ਦੇ ਉੱਤੇ ਖਾਸ ਤੌਰ ਦੇ ਤੇ ਕੇਜਰੀਵਾਲ ਦੇ ਤੇ ਲਗਾ ਦਿੱਤੇ ਜਾਂਦੇ ਨੇ ਤੇ ਇਸ ਵੇਲੇ ਚੋਣਾਂ ਦੇ ਵਿੱਚ ਉਹ ਸਰਗਰਮ ਇਸ ਤਰੀਕੇ ਦੇ ਨਾਲ ਨੇ ਕਿ ਬੇਸ਼ੱਕ ਉਹ ਕਾਂਗਰਸ ਦੇ ਵਿੱਚ ਸ਼ਾਮਲ ਨਹੀਂ ਹੋਏ ਤੇ ਪਰ ਉਹਨਾਂ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਅੰਮ੍ਰਿਤਸਰਪੂਰ ਵੀ ਤੋਂ ਅੱਗੇ ਬਾਤਿਆਂ ਹੁਣ ਦੀ ਦੂਜੇ ਨੰਬਰ ਦੇ ਉੱਤੇ ਹੌਟ ਸੀਟ ਬਣੀ ਭਾਵੇਂ ਕਿ ਟੂਰਿਸਟ ਸੀਟ ਇਥੋਂ ਆਮ ਆਦੀ ਪਾਰਟੀ ਦੇ ਸੀਐਮ ਫੇਸ ਨੇ ਭਗਵੰਤ ਸਿੰਘ ਮਾਨ ਤੇ ਇਸ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਵੱਲੋਂ ਦਲਬੀਰ ਸਿੰਘ ਗੋਲਡੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਦਲਬੀਰ ਸਿੰਘ ਗੋਲਡੀ ਜੋ ਕਿ ਇਸ ਵੇਲੇ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਜਿੱਥੇ ਇੱਕ ਪਾਸੇ ਉਹਨਾਂ ਦਾ ਮੁਕਾਬਲਾ ਭਗਵੰਤ ਸਿੰਘ ਮਾਨ ਦੇ ਨਾਲ ਹੈ ਭਾਵੇਂ ਕਿ ਉਹ ਚਿਹਰਾ ਜਿਹੜਾ ਕਿ ਆਮ ਆਦੀ ਪਾਰਟੀ ਦੇ ਵੱਲੋਂ ਮੁੱਖ ਮੰਤਰੀ ਦੇ ਵਜੋਂ ਅੱਗੇ ਉਤਾਰਿਆ ਗਿਆ ਹੈ ਪੂਰੇ ਪੰਜਾਬ ਦੀ ਕਮਾਂਡ ਇਸ ਵੇਲੇ ਭਗਵੰਤ ਸਿੰਘ ਮਾਨ ਦੇ ਹਵਾਲੇ ਹੈ ਤੇ ਇਸ ਤੋਂ ਇਲਾਵਾ ਇੱਕ ਚਰਚਿਤ ਇੱਕ ਕਲਾਕਾਰ ਹੋਣ ਦੇ ਨਾਤੇ ਤੇ ਇਸ ਤੋਂ ਵੀ ਇਲਾਵਾ ਆਪਾਂ ਇੱਥੇ ਕਹਿ ਸਕਦੇ ਹਾਂ ਕਿ ਇੱਕ ਤੰਗ ਕਿਸਮ ਦੇ ਲਹਿਜੇ ਦੇ ਵਿੱਚ ਲਗਾਤਾਰ ਮੰਨੇ ਜਾਂਦੇ ਭਗਵੰਤ ਸਿੰਘ ਮਾਨ ਉਹ ਇੱਥੇ ਦਲਵੀਰ ਸਿੰਘ ਗੋਲਡੀ ਦੇ ਮੁਕਾਬਲੇ ਦੇ ਵਿੱਚ ਨੇ ਹਾਲਾਂਕਿ ਜੇਕਰ ਇੱਥੇ ਆਵਾਜ਼ ਦੀ ਗੱਲ ਕਰ ਲਵਾਂ ਤਾਂ ਪੂਰੇ ਪੰਜਾਬ ਦੇ ਵਿੱਚ ਹੀ ਇਸ ਵੇਲੇ ਆਮ ਆਦਮੀ ਪਾਰਟੀ ਭਵਕਿ ਭਗਵੰਤ ਸਿੰਘ ਮਾਨ ਦੀ ਇੱਕ ਹਵਾ ਆਪਾਂ ਕਹਿ ਸਕਦੇ ਹਾਂਗੇ ਲਗਾਤਾਰ ਇੱਥੇ ਚੱਲੀ ਹੋਈ ਹੈ ਸਮਾਂ ਹੀ ਦੱਸੇਗਾ ਕਿ ਤੂੰਆ ਸਿੰਘ ਮਾਨ ਤੇ ਗੁਰਵੀਰ ਸਿੰਘ ਗੋਲਡੀ ਦੇ ਵਿਚਾਲੇ ਆਖਰਕਾਰ ਨੂੰ ਜੋ ਇਸੇ ਲਈ ਮੁਕਾਬਲਾ ਲਗਾਤਾਰ ਸਖਤ ਹੋਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਜੇਕਰ ਮੈਂ ਇੱਥੇ ਗੱਲ ਕਰ ਲਵਾਂ 2017 ਦੀ ਤਾਂ 2017 ਦਾ ਉਸ ਸਮਾਂ ਉਹ ਚੋਣਾਂ ਵਾਲੀ ਸਮਾਂ ਦਲਬੀਰ ਸਿੰਘ ਗੋਲਡੀ ਦੇ ਲਈ ਇੱਕ ਸਖਤ ਮੁਕਾਬਲਾ ਸੀ ਦਲਬੀਰ ਸਿੰਘ ਗੋਲਡੀ ਦੇ ਵੱਲੋਂ ਉਸ ਸਮੇਂ ਦੇ ਉੱਤੇ ਜਸਵੀਰ ਸਿੰਘ ਸੇਖੋ ਨੂੰ ਭਾਪ ਕੇ ਜਸਵੀਰ ਸਿੰਘ ਸੇਖੋ ਤੋਂ ਸਿਰਫ ਤੇ ਸਿਰਫ 2211 ਵੋਟਾਂ ਦੇ ਨਾਲ ਜਿੱਤ ਸਕੇ ਸੀ ਮੁਕਾਬਲਾ ਉਸ ਵੇਲੇ ਵੀ ਸਖਤ ਸੀ ਦਲਬੀਰ ਸਿੰਘ ਗੋਲਡੀ ਇੱਕ ਚੰਗੇ ਤਰੀਕੇ ਦੇ ਨਾਲ ਜਾਣਦੇ ਨੇ ਕਿ ਜੇਕਰ ਮੁਕਾਬਲਾ 2017 ਦੇ ਵਿੱਚ ਸਖਤ ਸੀ ਸਿਰਫ 2211 ਵੋਟਾਂ ਦੇ ਨਾਲ ਉਹਨਾਂ ਨੂੰ ਜਿੱਤ ਪ੍ਰਾਪਤ ਹੋਈ ਹੈ ਤਾਂ ਹੁਣ ਉਹਨਾਂ ਦੇ ਅੱਗੇ ਚਿਹਰਾ ਜਿਹੜਾ ਉਵਵਾਦੀ ਪਾਰਟੀ ਦੇ ਮੁੱਖ ਮੰਤਰੀ ਦੇ ਬਜੋ ਹੈ ਤੇ ਭਗਵੰਤ ਸਿੰਘ ਮਾਨ ਹੈ ਹੁਣ ਉਹਨਾਂ ਨੂੰ ਕਿੰਨੀ ਕੁ ਮਿਹਨਤ ਇੱਥੇ ਕਰਨੀ ਪੈ ਸਕਦੀ ਹੈ ਬੇਸ਼ੱਕ ਹੁਣ ਤੱਕ ਜੋ ਹਲਕੇ ਦੇ ਹਾਲ ਦੇ ਵਿੱਚ ਨਿਕਲ ਕੇ ਇੱਥੇ ਸਾਹਮਣੇ ਆਇਆ ਉਹਦੇ ਵਿੱਚ ਇਹੀ ਹੈ ਕਿ ਦਲਬੀਰ ਸਿੰਘ ਗੋਲਡੀ ਦੇ ਵੱਲੋਂ ਹਲਕੇ ਦੇ ਲੋਕਾਂ ਦੇ ਨਾਲ ਇੱਕ ਚੰਗੀ ਤਰੀਕੇ ਦੇ ਨਾਲ ਪੇਸ਼ ਆਇਆ ਗਿਆ ਕੰਮ ਵੀ ਉਹਨਾਂ ਦੇ ਵੱਲੋਂ ਕਰਵਾਏ ਗਏ ਨੇ ਪਰ ਜੇ ਅੱਗੇ ਚਰਚੇ ਚਿਹਰੇ ਦੀ ਗੱਲ ਕਰ ਲਈਏ ਤਾਂ ਉੱਥੇ ਆਪਾਂ ਇਹ ਕਹਿ ਸਕਦੇ ਹਾਂ ਕਿ ਮੁਕਾਬਲਾ ਇਸ ਵੇਲੇ ਧੂਰੀ ਸੀਟ ਦੇ ਉੱਤੋਂ ਵੀ ਸਖਤ ਹੈ ਲਗਾਤਾਰ ਇੱਥੇ ਦੋਨਾਂ ਹੀ ਆਗੂਆਂ ਨੂੰ ਮੇਨਤ ਆਪਾਂ ਇਹ ਕਹਿ ਸਕਦੇ ਹਾਂ ਕਿ ਕਰਨੀ ਪੈ ਸਕਦੀ ਹੈ ਤੇ ਉਹ ਵੀ ਸਖਤ ਇੱਥੇ ਕਿਸੇ ਤਰ੍ਹਾਂ ਦਾ ਭਲੇਖਾ ਨਹੀਂ ਚੱਲਣਾ ਕਿ ਇੱਕ ਪਾਸੇ ਭਗਵੰਤ ਸਿੰਘ ਮਾਨ ਐ ਤੇ ਦੂਜੇ ਪਾਸੇ ਦਲਬੀਰ ਸਿੰਘ ਗੋਲਡੀ ਐ ਹਾਲਾਂਕਿ ਸਮਾਂ ਦੱਸੇਗਾ ਇਹਨਾਂ ਦੋਵਾਂ ਦੇ ਵਿੱਚ ਮੁਕਾਬਲਾ ਹੈ ਜਿਹੜਾ ਉਹ ਕਿਸ ਤਰੀਕੇ ਦਾ ਰਹਿ ਸਕਦਾ ਅੱਗੇ ਵੱਧਦੇ ਹਾਂ ਗੱਲ ਕਰਦੇ ਹਾਂ ਅਬੋਹਰ ਹਲਕੇ ਦੀ ਇੱਕ ਕਾਂਗਰਸ ਦਾ ਚਰਚਿਤ ਚਿਹਰਾ ਜੋ ਕਿ ਇਸ ਵੇਲੇ ਵੀ ਚਰਚਾ ਦਾ ਵਿਸ਼ਾ ਲਗਾਤਾਰ ਬਣਿਆ ਹੋਇਆ ਹੈ ਕਿਉਂਕਿ ਜੇਕਰ ਇੱਥੇ ਕਾਂਗਰਸ ਪਾਰਟੀ ਦੇ ਸੀਐਮ ਉਮੀਦਵਾਰ ਦੀ ਗੱਲ ਕਰ ਲਈਏ ਤਾਂ ਤਿੰਨ ਚਿਹਰਿਆਂ ਦੀ ਲਿਸਟ ਹੈ ਜਿਹੜੀ ਉਹ ਹਾਈ ਕਮਾਂਡ ਤੱਕ ਪਹੁੰਚੀ ਸੀ ਜਿਨ੍ਹਾਂ ਦੇ ਵਿੱਚੋਂ ਨਵਜੋਤ ਸਿੰਘ ਸਿੱਧੂ ਤੇ ਇਸ ਤੋਂ ਇਲਾਵਾ ਚਰਨਜੀਤ ਸਿੰਘ ਚੰਨੀ ਤੀਸਰਾ ਨਾਮ ਆਉਂਦਾ ਸੀ ਸੁਨੀਲ ਕੁਮਾਰ ਜਾਖੜ ਦਾ ਕਿਉਂਕਿ ਅਬੋਹਰ ਤੋਂ ਚੋਣ ਮੈਦਾਨ ਦੇ ਵਿੱਚ ਸੀ ਤੇ ਇਸ ਤੋਂ ਇਲਾਵਾ ਅਰुण ਨਾਰੰਗ ਜੋ ਕਿ ਸੁਨੀਲ ਜਾਖੜ ਦੇ ਮੁਕਾਬਲੇ ਦੇ ਵਿੱਚ ਖੜੇ ਸੀ ਸਿਰਫ ਤੇ ਸਿਰਫ 3279 ਵੋਟਾਂ ਦੇ ਨਾਲ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਅਰुण ਨਾਰੰਗ ਜਿੱਤ ਸਕੇ ਸੀ ਤੇ ਸਿਰਫ 3279 ਵੋਟਾਂ ਦੇ ਨਾਲ ਭਾਪਕੇ ਘੱਟ ਵੋਟਾਂ ਦੇ ਨਾਲ ਸੁਨੀਲ ਜਾਖੜ ਨੂੰ ਇੱਕ ਹਾਰ ਦਾ ਮੂਹ ਦੇਖਣਾ ਪਿਆ ਸੀ ਪਰ ਕਾਂਗਰਸ ਪਾਰਟੀ ਦਾ ਇੱਕ ਵੱਡਾ ਚਿਹਰਾ ਹੋਣ ਦੇ ਨਾਤੇ ਇੱਕ ਬੁਲਾਰਾ ਹੋਣ ਦੇ ਨਾਤੇ ਤੇ ਕਾਂਗਰਸ ਹਾਈ ਕਮਾਂਡ ਤੱਕ ਸਿੱਧੀ ਪਹੁੰਚ ਤੇ ਇਤੋਂ ਤੱਕ ਕੇ ਸਲਾਹ ਮਸ਼ਵਰੇ ਤੱਕ ਦੇ ਵਿੱਚ ਵੀ ਹਿੱਸਾ ਬੰਨਾ ਤੇ ਉਸ ਤੋਂ ਇਲਾਵਾ ਚੋਣ ਪ੍ਰਚਾਰ ਦੀ ਕਮੇਟੀ ਦਾ ਇੱਕ ਮੈਂਬਰ ਹੋਣਾ ਇੱਕ ਵੱਡੀ ਗੱਲ ਸੀ ਇਹਨਾਂ ਦੇ ਵਾਸਤੇ ਸੁਨੀਲ ਕੁਮਾਰ ਜਾਖੜ ਦੇ ਲਈ ਤੇ ਇਸ ਤੋਂ ਇਲਾਵਾ 카ਟੋ ਕਲੇਸ਼ ਦੇ ਵਿੱਚ ਲਗਾਤਾਰ ਇਹਨਾਂ ਨੂੰ ਘੜੀਸਿਆ ਗਿਆ ਇਸ ਕਦਰ ਤੱਕ ਪਰ ਇਹ ਆਪਣੇ ਤੌਰ ਦੇ ਉੱਤੇ ਇੱਕ ਬੇਬਾਕ ਨੇਤਾ ਦੇ ਵਜੋਂ ਲਗਾਤਾਰ ਇੱਥੇ ਸਾਹਮਣੇ ਆਏ ਤੇ ਉਸੇ ਤਰੀਕੇ ਦੇ ਨਾਲ ਇਹਨਾਂ ਦੇ ਇਹਨਾਂ ਨੂੰ ਉਸ ਵੇਲੇ ਦੇ ਉੱਤੇ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾ ਦਿੱਤਾ ਗਿਆ ਭਾਵੇਂ ਕਿ ਪੰਜਾਬ ਕਾਂਗਰਸ ਦਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੂੰ ਬਣਾ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਕਿਸ ਤਰੀਕੇ ਦਾ 카ਟੋ ਕਲੇਸ਼ ਇੱਕ ਹੋਇਆ ਇਸ 카ਟੋ ਕਲੇਸ਼ ਦੇ ਵਿੱਚ ਸਨੀਰ ਕੁਮਾਰ ਜਾਖੜ ਨੂੰ ਅਹੁਦੇ ਤੋਂ ਹਟਾ ਕੇ ਇਹਨਾਂ ਦੀ ਥਾਂ ਦੇ ਉੱਤੇ ਨਵਜੋਤ ਸਿੰਘ ਸਿੱਧੂ ਨੂੰ ਬਿਠਾ ਦਿੱਤਾ ਗਿਆ ਸੀ ਬੇਸ਼ੱਕ ਇਸ ਵੇਲੇ ਆਪਾਂ ਗੱਲ ਕਰ ਲੈਨੇ ਆ 2022 ਦੀਆਂ ਚੋਣਾਂ ਦੀ 2022 ਦੇ ਵਿੱਚ ਇਹ ਚੋਣ ਮੈਦਾਨ ਦੇ ਵਿੱਚ ਨਹੀਂ ਨੇ ਪਰ ਚੋਣ ਪ੍ਰਚਾਰ ਦੇ ਵਿੱਚ ਲਗਾਤਾਰ ਇੱਥੇ ਲੱਗੇ ਹੋਏ ਨੇ ਅੱਗੇ ਗੱਲ ਕਰਦੇ ਆਂ ਅਮਲੋਹ ਦੀ ਅਮਲੋਹ ਹਲਕਾ ਵੀ ਲਗਾਤਾਰ ਇੱਥੇ ਚਰਚਾ ਦਾ ਵਿਸ਼ਾ ਰਿਹਾ ਹੈ ਇੱਥੇ ਆਪਾਂ ਕਹਿ ਸਕਦੇ ਆਂ ਕਿ ਰਣਦੀਪ ਸਿੰਘ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੋਂ ਸਿਰਫ ਤੇ ਸਿਰਫ 3900 ਖਿਆਲੀ ਬੋਟਾਂ ਦੇ ਨਾਲ ਇੱਥੇ ਜਿੱਤ ਸਕੇ ਸੀ ਗੱਲ ਕਰ ਲੈਨੇ ਆ ਹਲਕਾ ਸਨੌਰ ਦੀ ਇੱਥੇ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਅਤੇ ਇਸ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਹੈਰੀ ਮਾਨ ਦੇ ਵਿਚਾਰੇ ਇੱਕ ਸਖਤ ਮੁਕਾਬਲਾ ਜਿਹੜਾ ਉਹ 2017 ਦੇ ਵਿੱਚ ਲਗਾਤਾਰ ਇੱਥੇ ਦੇਖਣ ਨੂੰ ਮਿਲਿਆ ਹਰਿੰਦਰਪਾਲ ਸਿੰਘ ਚੰਦੂ ਮਾਜਰਾ 2017 ਦੇ ਵਿੱਚ ਪਹਿਲੀ ਵਾਰ ਚੋਣ ਮੈਦਾਨ ਦੇ ਵਿੱਚ ਉਤਰੇ ਭਾਵਕੇ ਵਿਧਾਇਕ ਦੀ ਟਿਕਟ ਦੇ ਉੱਤੇ ਚੋਣ ਉਹਨਾਂ ਦੇ ਵੱਲੋਂ ਲੜੀ ਗਈ ਤੇ ਸਭ ਤੋਂ ਪਹਿਲੀ ਵਾਰ ਹੀ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਇੱਥੇ ਜਿੱਤ ਹਾਸਲ ਹੋਈ ਜਿੱਤ ਹਾਸਲ ਹੋਈ ਸਿਰਫ ਤੇ ਸਿਰਫ 4870 ਵੋਟਾਂ ਦੇ ਫਰਕ ਦੇ ਨਾਲ ਇੱਥੇ ਹੀ ਕਾਂਗਰਸ ਵੱਲੋਂ ਸਨੌਰ ਹਲਕੇ ਤੋਂ ਖਿਲਾਾਰੇ ਗਏ ਹੈਰੀ ਮਾਨ ਜੋ ਕਿਸ ਵੇਲੇ 2022 ਦੀਆਂ ਵੀ ਚੋਣਾਂ ਲੜ ਰਹੇ ਨੇ ਹੁਣ ਵੀ ਮੁਕਾਬਲੇ ਦੇ ਵਿੱਚ ਇੱਥੇ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਖੜੇ ਨੇ ਪਰ 2017 ਦੀ ਜੇਕਰ ਗੱਲ ਕਰ ਲਵਾਂ ਤਾਂ ਉਸ ਵੇਲੇ ਦੇ ਉੱਤੇ ਸਿਰਫ 4870 ਵੋਟਾਂ ਦੇ ਫਰਕ ਦੇ ਨਾਲ ਇਹ ਜਿੱਤ ਸਕੇ ਸੀ ਹੁਣ ਮੁਕਾਬਲਾ ਕਿਸ ਤਰੀਕੇ ਦਾ ਸਖਤ ਹੋਣ ਵਾਲਾ ਹੈ ਤੁਸੀਂ ਇੱਕ ਚੰਗੇ ਤਰੀਕੇ ਦੇ ਨਾਲ ਜਾਣਦੇ ਹੋ ਪਕੜ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਦੀ ਵੀ ਮਜ਼ਬੂਤ ਹੈ ਤੇ ਇਸ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਵੱਲੋਂ ਹਲਕਾ ਸਨੌਰ ਦੇ ਵਿੱਚ ਖਿਲਾਾਰੇ ਗਏ ਹੈਰੀ ਮਾਨ ਜੋ ਕਿ ਲਗਾਤਾਰ ਇੱਕ ਚਰਚਿਤ ਆਗੂਆਂ ਦੇ ਵਿੱਚੋਂ ਇੱਕ ਵੱਡੇ ਆਗੂਆਂ ਦੇ ਵਿੱਚ ਲਗਾਤਾਰ ਇਥੇ ਮੰਨੇ ਜਾਂਦੇ ਨੇ ਉਹ ਵੀ ਇਸ ਵੇਲੇ ਪਹਿਲਾਂ ਦੀ ਤਰ੍ਹਾਂ ਚੋਣ ਮੈਦਾਨ ਦੇ ਵਿੱਚ ਨੇ ਇਸ ਵਾਰ ਕਿਸ ਤਰੀਕੇ ਦਾ ਮੁਕਾਬਲਾ ਹੈ ਜਿਹੜਾ ਉਹ ਦੇਖਣ ਨੂੰ ਮਿਲ ਸਕਦਾ ਹੈ ਇਹ ਸਮਾਂ ਦੱਸੇਗਾ ਅੱਗੇ ਗੱਲ ਕਰ ਲੈਣੇ ਆ ਹਲਕਾ ਸਾਨੇਵਾਲ ਦੀ ਹਲਕਾ ਸਾਨੇਵਾਲ ਇਸ ਤੋਂ ਕਿ ਚਰਨਜੀਤ ਸਿੰਘ ਢਿੱਲੋਂ ਤੇ ਸਤਵਿੰਦਰ ਬਿੱਟੀ ਦਾ ਵਿਚਾਲੇ ਮੁਕਾਬਲਾ ਸੀ ਜਿਹੜਾ ਸਖਤ ਰਿਹਾ 4551 ਵੋਟਾਂ ਦੇ ਫਰਕ ਦੇ ਨਾਲ ਚਰਨਜੀਤ ਸਿੰਘ ਢਿੱਲੋਂ ਇਥੋਂ ਜਿੱਤ ਪ੍ਰਾਪਤ ਕਰ ਸਕੇ ਸਤਵਿੰਦਰ ਬਿੱਟੀ ਜੋ ਕਿ ਉਸ ਵੇਲੇ 2017 ਦੇ ਵਿੱਚ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ ਤੇ ਇਸ ਤੋਂ ਇਲਾਵਾ ਜੇਕਰ ਸਤਵਿੰਦਰ ਬਿੱਟੀ ਦੀ ਗੱਲ ਕਰ ਲਈਏ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਜਾਂ ਚੰਨੀ ਦੀ ਸਰਕਾਰ ਦੇ ਵੱਲੋਂ ਤੇ ਕਹਿ ਸਕਦੇ ਆ ਕਿ ਸਤਮਿੰਦਰ ਬਿੱਟੀ ਦੀ ਟਿਕਟ ਇਸ ਵੇਲੇ ਕੱਟ ਦਿੱਤੀ ਗਈ ਉਹਨਾਂ ਦੇ ਪਿਛਲੇ ਚੋਣਾਂਵਾਂ ਨੂੰ ਦੇਖਦੇ ਹਾਂ ਭਾਵੇਂ ਪਿਛਲੀਆਂ ਸਰਗਰਮੀਆਂ ਨੂੰ ਦੇਖਦੇ ਹੋਏ ਕੱਟੀ ਗਈ ਹੋ ਸਕਦੀ ਹੈ ਜਾਂ ਇਹ ਕਹਿ ਸਕਦੇ ਆ ਕਿ ਜੇਕਰ ਪਿਛਲੀਆਂ ਚੋਣਾਂ ਦੇ ਵਿੱਚ ਉਹ ਨਹੀਂ ਜਿੱਤ ਸਕੇ ਤਾਂ ਇਸ ਵਾਰ ਟਿਕਟ ਦਾ ਕੀ ਕੰਮ ਹੈ ਭਾਵੇਂ ਹਾਈ ਕਮਾਂਡ ਦੀ ਮਰਜ਼ੀ ਹੈ ਕਿਸ ਪੱਖ ਦੇ ਨਾਲ ਦੇਖਦਾ ਉਸੇ ਤਰੀਕੇ ਦੇ ਨਾਲ ਹਾਈ ਕਮਾਂਡ ਦੇਖਦੀ ਹੈ ਕਿ ਅਸੀਂ ਉਹ ਚਿਹਰਾ ਹਰ ਇੱਕ ਉਹ ਫੇਸ ਅੱਗੇ ਆਪਣੇ ਹਲਕੇ ਦੇ ਵਿੱਚ ਉੱਥੇ ਭੇਜਣਾ ਹੈ ਤਾਂ ਕਿ ਕੋਈ ਵੀ ਕੈਂਡੀਡੇਟ ਦੀ ਉੱਥੋਂ ਹਾਰ ਨਾ ਹੋਵੇ ਕਿਸੇ ਵੀ ਉਮੀਦਵਾਰ ਨੂੰ ਉੱਥੇ ਹਾਰ ਦਾ ਮੂੰਹ ਦੇਖਣਾ ਨਾ ਪਵੇ ਬੇਸ਼ੱਕ ਕਾਫੀ ਸਾਰੇ ਵਿਕਰੇਵੇਂ ਨੇ ਜਿਹੜੇ ਕਈ ਤਰ੍ਹਾਂ ਦੇ ਬਿਆਨ ਇੱਥੇ ਸਤਵਿੰਦਰ ਬਿੱਟੀ ਦੇ ਵੱਲੋਂ ਇੱਥੇ ਕਾਂਗਰਸ ਦੇ ਉੱਤੇ ਦਿੱਤੇ ਗਏ ਕਿ ਉਹਨਾਂ ਨੂੰ ਜੋ ਟਿਕਟ ਨਹੀਂ ਦਿੱਤੀ ਗਈ ਕਾਫੀ ਸਾਰੀ ਨਿਰਾਸ਼ਗੀ ਹੈ ਜਿਹੜੀ ਉਹ ਵੀ ਉਹਨਾਂ ਦੇ ਵੱਲੋਂ ਇੱਥੇ ਰੱਖੀ ਗਈ ਹੈ ਇਹ ਗੱਲ ਕਰ ਰਹੀ ਸੀ ਉਹਨਾਂ ਚਰਚਿਤ ਚਿਹਰਿਆਂ ਦੀ ਜਿਹੜੇ ਕਿ ਇਸ ਵੇਲੇ ਇੱਕ ਵੱਡੇ ਅਹੁਦਿਆਂ ਦੇ ਉੱਤੇ ਨੇ ਜਿਸ ਤਰ੍ਹਾਂ ਕੇ ਦੇ ਨਾਲ ਸੁਖਜਿੰਦਰ ਸਿੰਘ ਰੰਦਾਵਾ ਦੀ ਇੱਥੇ ਗੱਲ ਕੀਤੀ ਗਈ ਹੈ ਉਸੇ ਤਰੀਕੇ ਦੇ ਨਾਲ ਇੱਥੇ ਹੋਰ ਵੀ ਕਈ ਵੱਡੇ ਆਗੂ ਨੇ ਜਿਹੜੇ ਕਿ ਬਹੁਤ ਘੱਟ ਵੋਟਾਂ ਦੇ ਨਾਲ ਜਿੱਤ ਕੇ ਵਿਧਾਨ ਸਭਾ ਦੇ ਵਿੱਚ ਇੱਥੇ ਪਹੁੰਚੇ ਸੀ ਤੇ ਉਸ ਤੋਂ ਬਾਅਦ ਵਿਧਾਨ ਸਭਾ ਤੋਂ ਅੱਗੇ ਵਧਦੇ ਹੋਏ ਇਸ ਵੇਲੇ ਡਿਪਟੀ ਮੁੱਖ ਮੰਤਰੀ ਦੇ ਅਹੁਦੇ ਉੱਤੇ ਨੇ ਬੇਸ਼ੱਕ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਹੁਣ ਹਵਾ ਸੁਖਜਿੰਦਰ ਸਿੰਘ ਰੰਦਾਵਾ ਦੇ ਹੱਕ ਦੇ ਵਿੱਚ ਕੁਝ ਹੋਰ ਤਰ੍ਹਾਂ ਦੀ ਇੱਥੇ ਹੋ ਸਕਦੀ ਹੈ ਪਰ ਸਮੀਕਰਨ ਉਸ ਵੇਲੇ ਵੀ ਸਖਾਲੇ ਨਹੀਂ ਸੀ ਤੇ ਸਮੀਕਰਨ ਆਟਵੀ ਡਿਪਟੀ ਮੁੱਖ ਮੰਤਰੀ ਸੁਖਜੰਦਰ ਸਿੰਘ ਰੰਦਾਵਾ ਦੇ ਲਈ ਸੁਖਾਲੇ ਨਹੀਂ ਹਨ ਕਿਉਂਕਿ ਕਾਫੀ ਸਾਰੇ ਬਾਦੇ ਤੇ ਉਸ ਤੋਂ ਇਲਾਵਾ ਬੇਸ਼ੱਕ ਕੈਪਟਨ ਮਰਿੰਦਰ ਸਿੰਘ ਨੂੰ ਇੱਕ ਸਾਈਡ ਦੇ ਉੱਤੇ ਕਰ ਦਿੱਤਾ ਗਿਆ ਪਰ ਲੋਕਾਂ ਦੇ ਸਵਾਲ ਹਾਲੇ ਵੀ ਕਾਂਗਰਸ ਪਾਰਟੀ ਦੇ ਉੱਤੇ ਜਿਉਂਦੀ ਤੋਂ ਖੜੇ ਨੇ